ਅਸੀਂ ਦੇਖ ਰਹੇ ਡੈਰੀ ਸਾਈਡ ਵੀ ਮੈਂ ਹਾਂ ਸੰਦੀਪ ਸ਼ਰਮਾ ਨਕੋਦਰ ਦੇ ਵਿੱਚ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦਾ ਅੱਜ ਦਾ ਤੀਸਰਾ ਦਿਨ ਹੈ ਔਰ ਉਹਨਾਂ ਦੀ ਜਿਹੜੀ 40ਵਾਂ ਸਲਾਨਾ ਉਰਸ ਹੈ ਬੜੇ ਹਰਸ਼ੋ ਉਲਾਸ ਨਾਲ ਵੀ ਸੰਪੰਨ ਹੋਣ ਜਾ ਰਿਹਾ ਔਰ ਬਕਾਇਦਾ ਰਾਜਨੀਤੀ ਸਮਾਜਿਕ ਜਿਹੜੇ ਹੋਰ ਆਗੂ ਸੀ ਉਹਨਾਂ ਪਹਿਲੇ ਦਿਨ ਤੋਂ ਹੀ ਸ਼ਿਰਕਤ ਕਰਨੀ ਸ਼ੁਰੂ ਕਰਦੀ ਕਿਉਂਕਿ ਇਹ ਇੱਕ ਪੀਰ ਪੈਗੰਬਰ ਧਰਤੀ ਹੈ ਨਕੋਦਰ ਅਤੇ ਹੰਸਰਾਜ ਹਾਂ ਜਿਹੜੇ ਪਦਮ ਸ਼੍ਰੀ ਹੈਗੇ ਔਰ ਇਸ ਗੱਦੀ ਨਿਸ਼ੀਨੇ ਸੇ ਅਲਮਸਤ ਬਾਪੂ ਲਾਲ ਬਾਦਸ਼ਾਹ ਜਿਹੜੀ ਜਗ੍ਹਾ 'ਤੇ ਹੈਗੇ ਅਤੇ ਉਹ ਹਰ ਸਾਲ ਜਿਹੜੇ ਸਲਾਨਾ ਉਰਸ ਕਰਦੇ ਅਤੇ ਵਿਸ਼ੇਸ਼ ਤੌਰ 'ਤੇ ਬਿਨਾਂ ਮੌਜੂਦ ਇੱਥੇ ਨਤਮਸਤਕ ਹੋਣ ਵਾਸਤੇ ਆਇਆ ਕਾਂਗਰਸ ਤੋਂ ਸਪੋਕਸਪਰਸਨ ਐਡਵੋਕੇਟ ਹਰਪ੍ਰੀਤ ਆਜ਼ਾਦ ਜੀ ਸਭ ਤੋਂ ਪਹਿਲਾਂ ਮੁਬਾਰਕ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ਰਮਾ ਜੀ ਕਿ ਤੁਸੀਂ ਸਮਾਂ ਦਿੱਤਾ ਅਤੇ ਇੱਥੇ ਦੇਖ ਕੇ ਬਹੁਤ ਹੀ ਵਧੀਆ ਲੱਗ ਰਿਹਾ ਕਿਉਂਕਿ ਪੰਜਾਬ ਦੀ ਜਿਹੜੀ ਧਰਤੀ ਹੈ ਉਹ ਰਿਸ਼ੀਆਂ ਮੁਨੀਆਂ ਅਤੇ ਪੀਰਾਂ ਪੈਗੰਬਰਾਂ ਅਤੇ ਗੁਰੂ ਸਾਹਿਬਾਂ ਦੀ ਧਰਤੀ ਆ ਇੱਥੇ ਮੇਲੇ ਲੱਗਦੇ ਰਹਿਣੇ ਆ ਕਿਉਂਕਿ ਮੇਲੇ ਜਿਹੜੇ ਹੈਗੇ ਆ ਉਹ ਅਨੇਕਤਾ ਦੇ ਵਿੱਚ ਏਕਤਾ ਦੇ ਪ੍ਰਤੀਕ ਆ ਇਹਦੇ ਹਰ ਧਰਮ ਦੇ ਲੋਕ ਆਉਂਦੇ ਆ ਆਪਸੀ ਭਾਈਚਾਰੇ ਨੂੰ ਦਰਸਾਉਂਦੇ ਆ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਲੋਕਾਂ ਦੇ ਵਿੱਚ ਉਤਸ਼ਾਹ ਹੈ ਲੋਕ ਆਪਸ 'ਚ ਕਿੰਨੇ ਪਿਆਰ ਦੇ ਨਾਲ ਮਿਲਦੇ ਆ ਗੱਲਬਾਤ ਕਰਦੇ ਆ ਅਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਈਂ ਹੰਸਰਾਜ ਹੰਸ ਜੀ ਜਿਹੜਾ ਬਹੁਤ ਹੀ ਵਧੀਆ ਉਪਰਾਲਾ ਕਰਦੇ ਆ ਕਿ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਹਰ ਸਾਲ ਇੱਦਾਂ ਹੀ ਇੱਥੇ ਮੇਲੇ ਲੱਗਦੇ ਰਹਿਣ ਇਸ ਤੋਂ ਦੇਖਦੇ ਹੋ ਬੀਜੇਪੀ ਦੀ ਪਾਰਟੀ ਦੇ ਉਹ ਹੈਗੇ ਮੈਂਬਰ ਪਾਰਲੀਮੈਂਟ ਲੇਕਿਨ ਉਸਦੇ ਬਾਵਜੂਦ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਰੂਪ ਇੱਥੇ ਪਧਾਰੇ ਆ ਉਹਨਾਂ ਨੇ ਵੀ ਗੱਲ ਆਖੀ ਹੈ ਵੀ ਨਕੋਦਰ ਇੱਕ ਪਵਿੱਤਰ ਧਰਤੀ ਹੈ ਅਤੇ ਸਾਈਂ ਹੰਸਰਾਜ ਜਿਹੜਾ ਮੈਨੂੰ ਨਿਉਤਾ ਦਿੱਤਾ ਸੀ ਤਾਂ ਮੈਂ ਇੱਕ ਧਾਰਮਿਕ ਜਗ੍ਹਾ 'ਤੇ ਆ ਕੇ ਮੈਂ ਇੱਥੇ ਮੈਂ ਖੁਦ ਆਪਣੇ ਆਪ ਨੂੰ ਭਾਗਸ਼ਾਲੀ ਸਮਝਿਆ ਵੀ ਕਿੱਦਾਂ ਦੇਖ ਰਹੇ ਸੀ ਤੁਸੀਂ ਵੀ ਕਾਂਗਰਸ ਪਾਰਟੀ ਦਾ ਵਿਸ਼ੇਸ਼ ਕਰਕੇ ਕਿਤੇ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਅਤੇ ਉਦੋਂ ਪਾਰਟੀ ਬਹੁਤ ਪਿੱਛੇ ਰਹਿ ਜਾਂਦੀ ਆ ਕਿਉਂਕਿ ਧਰਮ ਸਭ ਤੋਂ ਉੱਪਰ ਆ ਠੀਕ ਹੈ ਉਦੋਂ ਜਦੋਂ ਧਰਮ ਦੀ ਗੱਲ ਹੋਣੀ ਆ ਉਦੋਂ ਕੋਈ ਮਜ਼ਹਬ ਕੋਈ ਜਾਤੀ ਕੋਈ ਪਾਤੀ ਇਹਨਾਂ ਤੋਂ ਬਾਹਰ ਆਉਣੀ ਆ ਇਸ ਕਰਕੇ ਇੱਥੇ ਪਾਰਟੀ ਦੀ ਗੱਲ ਕਰਨਾ ਮੈਂ ਜ਼ਿਆਦਾ ਉਚਿਤ ਨਹੀਂ ਸਮਝਦਾ ਅਤੇ ਮੈਂ ਇਹੀ ਆਸ ਕਰਦਾ ਹਾਂ ਕਿ ਪਰਮਾਤਮਾ ਇਸ ਜਗ੍ਹਾ ਨੂੰ ਇਸ ਸਥਾਨ ਨੂੰ ਹੋਰ ਚੜ੍ਹਦੀ ਕਲਾ 'ਚ ਬੁਲੰਦੀਆਂ 'ਤੇ ਲੈ ਕੇ ਜਾਵੇ ਅਤੇ ਆਸ ਕਰਦਾ ਹਾਂ ਕਿ ਸਾਈਂ ਜੀ ਜਿਹੜੇ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰਨ ਅਤੇ ਇੱਦਾਂ ਹੀ ਮੇਲੇ ਲੱਗਦੇ ਰਹਿਣ ਸੋ ਇਹ ਸਨ ਕਾਂਗਰਸ ਪਾਰਟੀ ਦੇ ਸਪੋਕਸਪਰ ਪੰਜਾਬ ਦੇ ਸਪੋਕਸਪਰ ਐਡਵੋਕੇਟ ਹਰਪ੍ਰੀਤ ਆਜ਼ਾਦ ਜੀ ਜਿਹਦਾ ਸਾਹਿਬ ਜਿਹੜਾ ਨਕੋਦਰ ਦੇ ਵਿੱਚ ਜਿਹੜੀ ਅਲਮਸਤ ਬਾਪੂ ਲਾਲ ਬਾਦਸ਼ਾਹ ਦਾ ਅੱਜ ਤੀਸਰਾ ਦਿਨ ਹੈ ਸਲਾਨਾ ਉਰਸ ਮਨਾਇਆ ਜਾ ਰਿਹਾ ਤਾਂ ਉਹ ਗੱਦੀ ਨਿਸ਼ੀਨ ਸਾਈਂ ਹੰਸਰਾਜ ਹੰਸ ਜਿਹੜਾ ਇੱਥੇ ਜਿਹੜੇ ਧਾਰਮਿਕ ਸਮਾਜਿਕ ਲੋਕ ਹਰ ਪਾਰਟੀ ਲੋਕ ਉੱਠ ਕੇ ਆਏ ਸੀ ਔਰ ਬਕਾਇਦਾ ਇਸ ਪਵਿੱਤਰ ਧਰਤੀ ਦੇ ਨਤਮਸਤਕ ਹੋਏ ਆ ਕਿਉਂਕਿ ਇਸ ਨਕੋਦਰ ਦੀ ਪਵਿੱਤਰ ਧਰਤੀ ਨੂੰ ਨਤਮਸਤ ਹੋਣਾ ਇੱਕ ਉਸ ਬੰਦੇ ਦਾ ਇੱਕ ਸੁਭਾਗਿਆਸ਼ਾਲੀ ਉਹ ਟਾਈਮ ਹੁੰਦਾ ਕਿਉਂਕਿ ਇੱਦਾਂ ਦੀਆਂ ਪਾਰਟੀਆਂ ਜਦੋਂ ਬਾਹਰ ਉੱਠ ਕੇ ਆਉਂਦੀਆਂ ਔਰ ਇੱਕ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀਆਂ ਤਾਂ ਉਸ ਆਵਾਮ ਦੀ ਬੁਲੰਦੀਆਂ ਨੂੰ ਕੋਈ ਬੰਦਾ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ ਕੈਮਰਾਮੈਨ ਸਨੀ ਨਾਲ ਸੰਦੀਪ ਸ਼ਰਮਾ ਡੈਨੀਸਰ ਟੀਵੀ ਨਕੋਦਰ